ਨਹੀਂ ਨਹੀਂ ਸ਼ਹਿਜ਼ਾਦੀ ਇਹਨਾਂ ਕੋਲੋਂ ਕੰਮ ਸਿੱਖਣਾ ਵਾ ਬਸ ਉਹ ਪਿੱਛੇ ਸਾਡੇ ਅੰਮੀ ਬਹੂ ਅੰਮੀ ਬਹੂ ਓਏ ਬਹੂ ਨਹੀਂ ਸੁਹੇਬ ਉਹ ਸੁਹੇਬ ਨਹੀਂ ਅਸੇਬ ਸਾਲੇ ਬਸਤਾ ਪੈ ਨਾਲ ਸੁਣਦਾ ਨੀ ਕਰਦਾ ਜੇ ਮੈਂ ਕਹਿੰਦਾ ਹਾਂ ਤੇਰੀ ਮਾਂ ਨੇ ਹੁਣ ਹੀ ਆ ਜਾਣਾ ਕਹਿਣਾ ਛੱਡ ਲੋ ਸਾਰੇ ਨਿਆਣੇ ਬਾਅਦ ਚ ਗੱਲ ਪਾਈ ਤੂੰ ਆਪਣੀ ਇਹਨਾਂ ਚ ਨਾ ਬੜਵੀ ਫੁੱਫੇ ਨੂੰ ਕਹਿੰਦੇ ਆ ਤੈਨੂੰ ਪਤਾ ਲੱਗਦਾ ਬਹਿ ਨਾ ਪੇਸ਼ ਕਰਨੇ ਕੀ ਨਾ ਕੰਮ ਕੋਸ਼ਿਸ਼ ਮੈਂ ਹੋ ਸਾਲੇ ਇਸ ਲੜਕੀ ਕੀ ਇਤਨੀ ਔਕਾਤ ਹੈ ਛਚੋਰੀ ਹਰਕ ਤੱਕ ਕਹਿੰਦੇ ਸੇ ਇਨਸਾਨ ਬੜਾ ਨਹੀਂ ਹੋ ਜਾਂਦਾ ਨਹੀਂ ਨਹੀਂ ਬੋਲੋ ਇਸੇ ਮੈਂ ਕੌਣ ਹੂੰ ਕੌਣ ਬੀਬੀ ਜੀ ਇਹ ਨਾ ਇੱਥੇ ਆਪਣਾ ਗਾਉਣ ਨਾ ਤੂੰ ਓਏ ਇੱਥੇ ਦੁੱਧ ਦੁੱਧ ਪਾਈਦੇ ਨੂੰ ਆ ਜਾਂਦਾ ਵਿਆਹ ਕਰਾ ਲੋ ਤੁਸੀਂ ਰੱਜ ਕੇ ਰੋਟੀ ਖਾਓਗੇ ਕੀ ਤੇਰਾ ਮਤਲਬ ਰੱਜ ਕੇ ਰੋਟੀ ਬੀਬੀ ਜੀ ਤੁਹਾਡੇ ਪੰਜ ਪੰਜ ਛੇ ਛੇ ਮਿੰਟ ਦੇ ਕਲਿੱਪ ਹੀ ਬੜੇ ਵਾਇਰਲ ਹੋਣੇ ਆ ਕਿਉਂਕਿ ਇਹੋ ਜਿਹੀ ਕੁੜੀ ਤੇ ਇਹੋ ਜਿਹਾ ਹੀ ਹੁੰਦਾ ਵਾ ਨਾਲ ਤੇਰਾ ਰੰਗ ਲੈਂਦਾ ਹੀ ਓਏ ਇਦਾਂ ਸੁਰਮਾ ਅੱਖਾਂ ਚ ਫੈਲ ਜਾਂਦਾ ਮੈਂ ਤੈਨੂੰ ਸੁਰਮ ਚੁਦੇ ਆ ਅੱਖ ਵੀ ਨੀ ਚੁੱਭਦੀ ਇਹਨੂੰ ਕਹਿੰਦੇ ਯਕੀਨ ਦੋ ਸੂਹੇ ਲਏ ਨੇ ਮੇਰੇ ਕੋਲੋਂ ਉਹ ਤੇ ਦੂਏ ਲਏ ਇਹ ਕੁੜੀ ਦੀ ਏਜ ਕਿੰਨੀ ਆ ਇਹਦੀ ਮਾਸ਼ਾਅੱਲਾ ਜੀ 22 ਸਾਲ ਬਾਲਗ ਹੋਣਾ ਅਪ੍ਰੈਲ ਤੋਂ ਬਹੁਤ ਜਾ ਕੇ ਛਾਟੇ ਮਾਰਦੀ ਫਿਰਦੀ ਆ ਇਹਨਾਂ ਦੇ ਵਿੱਚ ਨਾ ਹਾਂ ਕੀ ਕਹਿੰਦੇ ਨੇ 25,000 ਸਾਲ ਦਾ ਇੱਕ ਦਿਨ ਹੁੰਦਾ ਵਾ ਤੈਨੂੰ ਸ਼ਾਇਦ ਮਨਾ ਫਿਰ ਕਹਿੰਦੇ ਸਾਡੀ ਸਿਹਤ ਨੀ ਬਣਦੀ
ਫਿਰ ਬਣਨੀ ਤੁਹਾਡੀ ਮਾਂ ਦੀ। ਇਹ ਸ਼ਾਇਦ ਨਾ ਛੋਟੀ ਮੱਖੀ ਦਾ ਨਾ ਵੱਡੀ ਦਾ, ਇਹ ਲੈਟਰੀਨ ਵਾਲੀ ਮੱਖੀ ਦਾ ਵਾ। ਕਿੱਡੇ ਕੁ ਮਾੜੇ ਇਲਾਕੇ ਚ ਰਹਿੰਦਾ ਜਿੱਥੇ ਬਾਥਰੂਮ ਆ ਅੱਜ ਵੀ ਮੱਖੀਆਂ ਫਿਰਦੀਆਂ। ਉੱਥੇ ਸਾਡੇ ਸਕਰਦੂ ਵਾਲੀ ਸਾਈਡ ਤੇ ਮਸਲਾ ਹੀ ਕੋਈ ਨਹੀਂ। ਅਕੀਦਤ ਇਹ ਸ਼ਾਦੀ ਇਹਦੀ ਕਰਾਉਣੀ ਹੁਣ। ਪਾਕਿਸਤਾਨ ਦਾ ਵਾਹਦ ਬੱਚਾ ਜਿਹੜਾ 9ਵੇਂ ਮਹੀਨੇ ਵੀ ਅਲਟਰਾਸਾਊਂਡ ਚ ਨਹੀਂ ਆਇਆ, ਉਹ ਕਿਉਂ ਨਹੀਂ ਆਇਆ? ਸਾਡੀ ਬਾਬਰ ਦਾ ਫੈਮਿਲੀ ਆ, ਨਹੀਂ ਆਉਣ ਜਾਣ। ਓਏ ਕਿਹੜੀ ਬਾਬਰ ਦਾ, ਬੱਚੇ ਹੁੰਦੇ ਨੇ 9ਵੇਂ ਮਹੀਨੇ ਅੱਜ, ਹਾਂ ਇਹ 36 ਮਹੀਨੇ ਬਾਅਦ ਜੰਮੇ ਆ। ਉਹ ਕਿਉਂ? ਪਤਾ ਨਹੀਂ ਇਹਦੀ ਚਰਸ ਬਣਦੀ ਰਹੀ ਆ। ਓ ਜਾ, ਸਿਰਫ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ 36 ਮਹੀਨੇ ਬਾਅਦ। ਉਹ ਪੁੱਤਰ ਚੰਗੀ ਚੀਜ਼ ਚਾਹੀਦੀ ਹੋਵੇ ਨਾ, ਹਾਂ ਟਾਈਮ ਮੰਗਦੀ ਆ। ਮੈਂ ਵੀ ਨਹੀਂ 36 ਮਹੀਨੇ ਲੱਗਿਆ ਤੇ ਤੇਰੇ ਸਾਹਮਣੇ ਜ਼ਾਫਰਾਨੀ ਪੈਦਾਵਾਰ ਆ ਵੇ ਕਾਲੀ ਦੇ ਸੌਦੇ। ਸ਼ੁਕਰ ਕਰੋ ਡੀਸੈਂਟ ਬੱਚਾ ਤੁਹਾਡੇ 'ਚ ਫਸ ਗਿਆ ਕੰਜਰੋ, ਵਰਨਾ ਅਸੀਂ ਬਾਹਰ ਰਿਸ਼ਤਾ ਕਰਦੇ ਨਹੀਂ। ਬਾਹਰ ਇਹ ਕਰਦੇ ਨਹੀਂ, ਅੰਦਰ ਇਹਨਾਂ ਕੋਲ ਹੁੰਦਾ ਨਹੀਂ। ਹਾਂ ਅੰਦਰ ਕਰਦੇ ਆ, ਤੂੰ ਪਾਸਾ ਲੈਣਾ, ਮਿਸਟੇਕ ਤੇਰੀ ਹੈ। ਤੂੰ ਗੱਲ ਕਰਕੇ ਨਾ ਫਿਰ, ਇਸ ਤਰ੍ਹਾਂ ਦੀ ਕੁੜੀ ਨੂੰ ਬੰਦਾ ਸੁੱਟ ਕੇ ਨਾ ਥੱਲੇ। ਹਾਂਜੀ ਕਰਕੇ ਲਾਈਟਾਂ ਬੰਦ, ਢੋ ਲਾ ਕੇ ਸਿਰਫ ਪੀਟੀ ਵੀ ਦੇਖੇ। ਇਹਨੂੰ ਕਹਿੰਦੇ ਆ ਤਸਵਰਾਤੀ ਤਸ਼ੱਦਦ। ਇਹਨੂੰ ਬੁਖਾਰ ਚੜਿਆ ਤੇ ਡਾਕਟਰ ਕੋਲ ਚਲਾ ਗਿਆ। ਡਾਕਟਰ ਆਂਦਾ ਤੇਰੇ ਚੂਲੇ ਤੇ ਟੀਕਾ ਲੱਗਣਾ, ਤੇ ਚੂਲੇ ਤੇ ਇੰਨਾ ਹਨੇਰਾ ਉਹਨੇ ਪਹਿਲੀ ਮੋਰੀ 'ਚ ਹੀ ਲਾ ਦਿੱਤਾ। ਮੇਰੀ ਆਪਣੀ ਮਿਸਟੇਕ ਆ, ਮੈਨੂੰ ਤਕਲੀਫ ਹੋਈ, ਮੇਰੇ ਕੋਲ ਇੰਜ ਹੋਇਆ, ਉਹਦਾ ਹੱਥ ਲੱਗਿਆ। ਇੱਥੇ ਆਓ ਅੱਗੇ ਮੈਦਾਨ 'ਚ। ਇਹ ਜਨਾਬ ਸਾਡੇ ਮੁਲਤਾਨ ਦੀ ਬੜੀ ਅੱਛੀ ਫਨਕਾਰਾ, ਬੜਾ ਸਫ਼ਰ ਕਰਕੇ ਆਈ ਹੈ ਤੁਹਾਡੇ ਵਾਸਤੇ, ਇਹਨੂੰ ਰਲ ਕੇ ਵਜਾਓ। ਇਹ ਜਿਹੜੇ ਸਾਡੇ ਫੈਸਲਾਬਾਦ ਦੇ ਬੰਦੇ ਨੇ ਨਾ, ਤੁਸੀਂ ਇਹਨਾਂ ਦਾ ਅੱਜ ਤੱਕ ਪਿਆਰ ਵੇਖਿਆ? ਹਾਂ, ਇਹਨਾਂ ਦਾ ਹਥਿਆਰ ਨਹੀਂ ਵੇਖਿਆ? ਉਹ ਜਿਹੜੇ ਬੰਦੇ ਪਿੱਛੇ ਬੈਠੇ ਆ, ਇਸ ਤਰ੍ਹਾਂ ਤੁਸੀਂ ਸਲਾਮ ਕਰਨਾ ਕਿ ਪਿੱਛੇ ਤੱਕ ਆਵਾਜ਼ ਆਉਣੀ ਚਾਹੀਦੀ ਆ। ਭਾਈ ਆਵਾਜ਼ ਆ ਰਹੀ ਆ? ਇੱਧਰ ਆ, ਫਿਰ ਤੈਨੂੰ ਛਾਪੜ 'ਚ ਪਵਾ ਦੇਵਾਂ। ਇਹ ਜਿਹੜੇ ਪਿੱਛੇ ਦੇ ਬੰਦੇ ਬੈਠੇ, ਇਹਨਾਂ ਤੋਂ ਘਬਰਾਉਣਾ ਨਹੀਂ, ਇਹ ਪਿੱਛੇ ਦੇ ਸ਼ੌਕੀਨ ਆ। ਤੇ ਇਹ ਜਿਹੜੇ ਅੱਗੇ ਸਾਡੇ ਭਰਾ ਖੇਸੀਆਂ ਲੈ ਕੇ ਬੈਠੇ ਆ, ਅਮੀਰ ਆਦਮੀ ਨੇ, ਇਹ ਅੱਗੇ ਦੇ ਸ਼ੌਕੀਨ ਨੇ। ਸਮਝਾਉਣ ਆਏ ਸੀ ਆਪ ਹੀ ਇਸੇ ਕੰਮ ਲੱਗ ਗਏ। ਤੇ ਆਹ ਜਿਹੜੇ ਮੁੱਛਾਂ ਵਾਲੇ ਆ ਨਾ, ਇਹਨਾਂ ਕੋਲੋਂ ਵੀ ਬਚਣਾ, ਇਹ ਕਾਬਲੀ ਭੂੰਡ ਆ। ਤੇ ਆਹ ਜਿਹੜੇ ਕਲੀਨ ਸ਼ੇਵ ਆ, ਇਹਨਾਂ ਦੀ ਖੈਰ ਆ, ਇਹਦੇ ਵਿਚਾਰੇ ਆਪ ਬੰਦਾ ਲੱਭਣ ਆਏ ਆਪਣੇ। ਕੱਪੜੇ ਬੀਬੀ ਤੁਹਾਡੇ ਧੋਂਦੇ ਆ, ਆ ਤੁਸੀਂ ਕੱਪੜੇ ਏਦਾਂ ਦੇ ਕੱਪੜੇ ਕਹਿੰਦਾ ਘੱਲਿਆ ਕਰੋ, ਧੋਂਦਾ ਵਾ, ਪੈਸੇ ਦਿੰਦੇ ਨੀ, ਕੱਪੜੇ ਧੁਆਈ ਜਾਂਦੇ। ਉਹ ਕੱਪੜਿਆਂ ਨੂੰ ਛੱਡੋ, ਮੈਨੂੰ ਦੱਸੋ ਤੁਸੀਂ ਕਿੱਡੇ ਖੂਬਸੂਰਤ, ਕਿੱਡੇ ਪਿਆਰੇ ਇੱਥੇ ਆਓ, ਤੁਹਾਨੂੰ ਡਾਂਸ ਤੇ ਆਉਂਦਾ ਹੀ ਹੋਣਾ। ਅੱਛਾ ਜੀ, ਖੂਬਸੂਰਤ ਵੱਡਾ ਡਾਂਸ ਕਰਦੇ ਹੋ? ਹਾਂਜੀ। ਕਿੰਨੇ ਪੈਸੇ ਲੈਂਦੇ ਹੋ ਫੰਕਸ਼ਨ ਦੇ? 50,000 ਰੁਪਿਆ। ਸਾਲੀ ਉਹ ਰੇਟ ਦੱਸ ਜਿਹੜਾ ਫੈਸਲਾਬਾਦ ਚੱਲਦਾ।
ਰੁਪਈਆ 3500 ਤੇ ਬੰਦੇ 6। ਇਹ ਸਤਵਾਂ ਉਹ ਹੁੰਦਾ ਜਿਹਦੀ ਬੈਠਕ ਹੁੰਦੀ ਆ। ਉਹ ਸਾਲਾ ਆਪਣੀ ਵਾਰੀ ਲੈ ਕੇ ਕਹਿਣ ਡਿਆ ਹੁੰਦਾ ਭੱਜੋ ਤੁਹਾਡੀ ਮਾਂ ਨੂੰ ਮੇਰਾ ਅੱਬਾ।